ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਦੇ ਵੱਲੋਂ ਇੱਕ ਇੰਡਸਟਰੀ ਇੰਸਪੈਕਟਰ ਨੂੰ 4000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥਾਂ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧਿਤ ਅਧਿਕਾਰੀਆਂ ਨੇ ਦੱਸਿਆ ਹੈ ਕਿ ਤਪਾਹ ਦੇ ਇੱਕ ਵਿਅਕਤੀ ਦੇ ਕੋਲੋਂ ਦੀ ਵਿਜੀਲੈਂਸ ਦੇ ਕੋਲ ਇੱਕ ਲਿਖਤ ਸ਼ਿਕਾਇਤ ਦਿੱਤੀ ਗਈ ਸੀ ਕਿ ਉਸਨੇ ਫੋਟੋ ਸਟੇਟ ਦਾ ਕੰਮ ਕਰਨ ਦੇ ਲਈ ਪੰਜਾਬ ਐਂਡ ਸਿੰਧ ਬੈਂਕ ਤੋਂ 1 ਲੱਖ ਰੁਪਏ ਦਾ ਲੋਨ ਲਿੱਤਾ ਸੀ, ਜਿਸ ਦੀ 35,000 ਦੀ ਸਬਸਿਡੀ ਬਣਦੀ ਸੀ। ਇਸ ਸਬਸਿਡੀ ਦੀ ਫਾਈਲ ਨੂੰ ਡਾਇਰੈਕਟਰ ਖਾਦੀ ਵਿਲੇਜ ਇੰਡਸਟਰੀ ਕਮਿਸ਼ਨ ਚੰਡੀਗੜ੍ਹ ਤੋਂ ਮਨਜ਼ੂਰ ਕਰਵਾਉਣ ਦੀ ਆੜ ਵਿੱਚ ਇੰਡਸਟਰੀ ਇੰਸਪੈਕਟਰ 4000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਇਹ ਇੰਡਸਟਰੀ ਡਿਪਾਰਟਮੈਂਟ ਦਾ ਇੰਸਪੈਕਟਰ ਸੀਗਾ ਮਹਿੰਦਰ ਸਿੰਘ, ਜਿਹਨੇ ਕਿ 4000 ਰੁਪਇਆ ਰਿਸ਼ਵਤ ਲਿੱਤੀ ਹੈ ਕੰਪਲੇਨੈਂਟ ਤੋਂ। ਮਤਲਬ ਇਹਨੇ ਮਤਲਬ ਕਿ 4000 ਰੁਪਏ ਰਿਸ਼ਵਤ ਲਿੱਤੀ ਹੈ, ਕੋਈ ਲੋਨ ਮਨਜ਼ੂਰ ਕਰਵਾਉਣਾ ਸੀਗਾ, ਉਹਦੇ ਅਗੇਂਸਟ ਇਹਨੂੰ ਕਰਪਸ਼ਨ ਐਕਟ ਦੇ ਐਕਸ਼ਨ ਉਹਦੇ ਅਧੀਨ ਇਹਨੂੰ ਗ੍ਰਿਫਤਾਰ ਕੀਤਾ। ਹਾਂ, ਡਿਪਟੀ ਸਾਹਿਬ ਕੋਲ ਸ਼ਿਕਾਇਤ ਆਈ ਸੀ। ਪੀ ਸੀ ਐਕਟ ਦੇ ਐਕਟ ਜਿਹੜਾ ਹੈ ਉਹਦੇ 7/13/88 ਦਾ ਐਕਟ ਹੈ, ਉਹਦੇ ਅਗੇਂਸਟ ਇਹਦੇ ਅਗੇਂਸਟ ਪਰਚਾ ਦਰਜ ਕੀਤਾ। 1 ਲੱਖ ਰੁਪਏ ਦਾ ਲੋਨ ਸੀਗਾ, ਉਹਦੇ 'ਚ ਉਹਨੂੰ ਸਬਸਿਡੀ ਮਿਲਣੀ ਸੀ ਕੋਈ 3500 ਰੁਪਏ, ਉਹਦੇ 'ਚ ਇਹਨੇ 4000 ਰੁਪਇਆ ਰਿਸ਼ਵਤ ਮੰਗੀ ਸੀ ਅਤੇ ਉਹ ਅੱਜ ਮੌਕੇ 'ਤੇ ਰੈੱਡ ਹੈਂਡਡ ਟਰੈਪ ਕੀਤਾ। ਡੀ ਐੱਸ ਪੀ ਸਾਹਿਬ ਦੀ ਅਗਵਾਈ ਸ਼੍ਰੀ ਹੰਸਰਾਜ ਜੀ। ਬਰਨਾਲਾ ਤੋਂ ਪ੍ਰਵੀਨ ਰਿਸ਼ੀ ਦੀ ਰਿਪੋਰਟ, ਚੈਨਲ 2।